ਮੈਂ ਉਹਦੇ ਵੱਲ ਦੇਖ ਰਿਹਾ ਸੀ, ਚਾਹ ਮੰਗਾ ਲਈ, ਇੱਕ ਮਿੰਟ 'ਚ ਢਾਬੇ 'ਤੇ ਚਾਹ ਬਣੀ ਪਈ ਹੁੰਦੀ ਆ ਗਈ। ਉਹ ਚਾਹ ਪੀਣ ਦੀ ਕੋਸ਼ਿਸ਼ ਕਰਦਾ ਪਰ ਉਹ ਆਪਣੇ ਫੇਸ 'ਤੇ ਚਾਹ ਲਾ ਕੇ ਥੱਲੇ ਲਿਆਉਂਦਾ, ਉਹਦੇ ਬੁੱਲ ਸਾਰੇ ਜ਼ਖਮ ਨਾਲ ਭਰੇ ਪਏ ਸੀ। ਪਤਾ ਹੀ ਨਹੀਂ ਪਰਮਾਤਮਾ ਨੇ ਮਨ 'ਚ ਕਿੱਦਾਂ ਇਹ ਖਿਆਲ ਪਾਇਆ। ਅੱਜ ਵੀ ਮੈਂ ਬਹੁਤ ਵਾਰ ਸੋਚਦਾ ਇਹ ਚੀਜ਼ਾਂ ਵੀ ਉਹਨੂੰ ਮੇਰੇ ਮਨ 'ਚ ਆਇਆ ਵੀ ਇਹਨੂੰ ਕਿਉਂ ਨਾ ਇਸ਼ਨਾਨ ਕਰਾ ਦਈਏ, ਨਹਾ ਦਈਏ। ਪਿੱਛੇ ਢਾਬੇ ਦੇ ਮਗਰ ਡਰਾਈਵਰਾਂ ਵਾਸਤੇ ਅਸੀਂ ਵੱਡਾ ਵਾਸ਼ਰੂਮ ਬਣਾਇਆ ਸੀ, ਅਸੀਂ ਚੱਕ ਕੇ ਉਹਨੂੰ ਉੱਥੇ ਲੈ ਗਏ, ਉੱਥੇ ਲਿਜਾ ਕੇ ਉਹਦੇ ਕੱਪੜੇ ਉਤਾਰ ਕੇ ਬੂਟ ਉਤਾਰੇ, ਜਦੋਂ ਉਹਦੇ ਪੈਰ ਵੀ ਵਿੱਚੋਂ ਗਲੇ ਪਏ ਸੀ, ਗਿੱਲੇ ਹੋਏ ਪਏ ਸੀ ਪਸੀਨੇ ਨਾਲ। ਕਰੀਬ ਅੱਧਾ ਪੌਣਾ ਘੰਟਾ ਉਹ ਟੂਟੀ ਥੱਲੇ ਬੈਠਾ ਰਿਹਾ, ਉਹਨੂੰ ਸੁਰਤ ਤਦ ਹੀ ਕੋਦੋਂ ਹੀ ਆ ਗਈ ਸੀ। ਅਸੀਂ ਉਹਦੇ ਕੱਪੜੇ ਚੇਂਜ ਕਰਾਏ, ਲਿਆ ਕੇ ਨਹਾ ਕੇ ਅਸੀਂ ਉੱਥੇ ਬਿਠਾ ਕੇ ਉਹਦੀਆਂ ਫੋਟੋਆਂ, ਅੱਜ ਕੱਲ੍ਹ ਆਪਾਂ ਫੋਟੋ ਤਾਂ ਛੋਟੀ ਜਿਹੀ ਗੱਲ 'ਤੇ ਖਿੱਚ ਲੈਂਦੇ, ਤਾਂ ਮੇਰੀ ਵੀ ਆਦਤ ਸੀ ਉਹਦੀਆਂ ਫੋਟੋਆਂ ਜਦੋਂ ਲੈ ਕੇ ਆਏ ਬਿਠਾਇਆ ਪਾਣੀ ਪੀਂਦੇ ਦੀਆਂ ਫੋਟੋਆਂ ਮੁੰਡੇ ਨੇ ਖਿੱਚਤੀਆਂ, ਮੈਂ ਫੋਨ ਫੜਾਤਾ ਨਵਾਉਂਦਿਆਂ ਦੀਆਂ ਖਿੱਚ ਲਈਆਂ, ਚਾਰ ਫੋਟੋਆਂ ਉਹ ਸ਼ੇਅਰ ਕੀਤੀਆਂ ਸੀ। ਮਿੰਟੂ ਮਾਲਵਾ ਦੇ ਨਾਂ 'ਤੇ ਮੇਰਾ ਉਹ ਆਈ ਡੀ ਨਹੀਂ ਸੀ, ਪੇਜ ਬਣਿਆ ਹੋਇਆ ਸੀ ਉਸ ਟਾਈਮ, ਉਹਦੇ 'ਤੇ ਪਾਤੀਆਂ ਵੀ ਇਹਨੂੰ ਕੋਈ ਪਹਿਚਾਣਦਾ ਤਾਂ ਸਾਨੂੰ ਦੱਸੋ, ਜੇ ਕੋਈ ਜਾਣਦਾ ਇਸ ਰੱਬ ਦੇ ਬੰਦੇ ਨੂੰ ਤਾਂ ਤੁਹਾਨੂੰ ਦੱਸੋ। ਤਾਂ ਥੋੜ੍ਹੇ ਸਮੇਂ ਦੇ ਵਿੱਚ ਹੀ ਕਮੈਂਟ ਆਉਣੇ ਸ਼ੁਰੂ ਹੋ ਗਏ, ਅਤੇ ਅੱਜ ਕੱਲ੍ਹ ਸਮਾਂ ਕਮੈਂਟ ਹੁਣ ਤਾਂ ਬਹੁਤ ਸਾਰੇ, ਉਦੋਂ ਤਾਂ ਬਹੁਤ ਘੱਟ ਸੀ ਫੇਸਬੁੱਕ 'ਤੇ ਰੁਝਾਨ। ਤਾਂ ਕਿਸੇ ਨੇ ਸਾਨੂੰ ਗੁੱਡ ਜੋਬ, ਕਿਸੇ ਨੇ ਗ੍ਰੇਟ ਜੋਬ, ਕਿਸੇ ਨੇ ਬਹੁਤ ਵਧੀਆ ਕਿਹਾ। ਇੱਕ ਵੀਰ ਨੇ ਸਾਨੂੰ ਵਿੱਚ ਕਮੈਂਟ ਕੀਤਾ ਵੀ ਇਹਦੀ ਸੱਜੀ ਬਾਂਹ ਚੈੱਕ ਕਰੋ, ਸਾਨੂੰ ਐਂ ਕਹਿ ਰਿਹਾ ਸੀ ਲੱਗਿਆ ਵੀ ਇਹਨੂੰ ਪੈਰਾਲਾਈਜ਼ ਹੋਇਆ ਵੀ ਉਹ ਤਾਂ ਕਹਿ ਰਿਹਾ। ਮੈਂ ਉਹਨੂੰ ਕੁਐਸਚਨ ਮਾਰ ਕੇ ਜਾਂ ਪਾਤਾ, ਅਤੇ ਉਹਨੇ ਨੰਬਰ ਪਾਤਾ ਆਪਣਾ, ਮੈਂ ਉਹਨੂੰ ਕਾਲ ਕਰ ਲਈ, ਉਹਨੇ ਦੱਸਿਆ ਕਹਿੰਦਾ ਬਾਈ ਇਹਦੀ ਸੱਜੀ ਬਾਂਹ ਚੈੱਕ ਕਰੋ, ਮੋਬਾਈਲ ਨੰਬਰ ਲਿਖਿਆ ਉਹਦੇ 'ਤੇ ਵੀ ਉਹ ਬੰਦਾ ਹੀ ਹੈ। ਜਦੋਂ ਅਸੀਂ ਧਿਆਨ ਨਾਲ ਦੇਖਿਆ ਟੈਟੂ ਬਣਾ ਕੇ ਇੱਥੇ ਲਿਖਿਆ ਸ਼ੁਕਲਾ ਉਹਦੇ ਮੂਹਰੇ ਲਿਖਿਆ, ਅਤੇ ਪਿੱਛੇ ਲਿਖਿਆ ਹੋਇਆ ਮੋਬਾਈਲ ਨੰਬਰ। ਅਤੇ ਉਹ ਵੀਰ ਨੂੰ ਅਸੀਂ ਕਾਲ ਕੀਤਾ ਤਾਂ ਉਹਨੇ ਫੋਨ ਚੱਕਿਆ ਮੂਹਰੇ, ਉਹ ਕਹਿੰਦਾ ਵੀ ਮੇਰਾ ਭਰਾ ਵਾ ਇਹ ਅਰੁਣ ਕੁਮਾਰ ਸ਼ੁਕਲਾ ਇਹਦਾ ਨਾਮ ਆ, ਮੈਂ ਰਿੰਕੂ ਸ਼ੁਕਲਾ ਵਾਂ, ਮੈਂ ਲੁਧਿਆਣੇ ਦੁੱਗਰੀ ਰਹਿੰਦਾ, PWD ਡਿਪਾਰਟਮੈਂਟ 'ਚ ਮੈਂ ਜੋਬ ਕਰਦਾ, ਸਰਕਾਰੀ ਨੌਕਰੀ 'ਤੇ ਸੀ। ਵੀ ਇਹ 1.5 ਸਾਲ ਹੋ ਗਿਆ ਗੁੰਮੇ ਨੂੰ, ਵੀ ਅਸੀਂ ਲੱਭਿਆ ਅੱਗੇ ਵੀ ਬਹੁਤ ਵਾਰੀ ਗੁੰਮ ਜਾਂਦਾ, ਵੀ ਹੁਣ ਇਹ ਸਾਨੂੰ 1.5 ਸਾਲ ਬਾਅਦ ਤੁਸੀਂ ਕਾਲ ਕੀਤੀ। ਅੱਗੇ ਮੈਂ ਅੰਮ੍ਰਿਤਸਰ ਤੋਂ ਲਿਆਇਆ ਸੀ, ਕਹਿੰਦਾ ਪਹਿਲਾਂ 3-4 ਸਾਲ ਪੁਰਾਣੀ, ਮੈਂ ਕਿਹਾ ਵੀ ਤੁਸੀਂ ਦਰਾਹੇ ਤੋਂ ਬੋਲਦੇ ਹਾਂ, ਤੂੰ ਇੱਥੇ ਆ ਜਾ। ਉਹ ਕਹਿੰਦਾ ਜੀ ਮੈਂ ਸਵੇਰੇ ਆਊਂਗਾ। ਚਲੋ ਦੂਏ ਦਿਨ ਉਹ ਆਏ, ਅਸੀਂ ਦੋਨੇ ਭਰਾਵਾਂ ਨੂੰ ਮਿਲਾਇਆ ਬਿਠਾਇਆ, ਮੈਂ ਉਹਨਾਂ ਦੀ ਫੋਟੋ ਖਿੱਚ ਕੇ ਫੇਸਬੁੱਕ 'ਤੇ ਪਾਤੀ ਵੀ ਜ਼ਿੰਦਗੀ 'ਚ ਜੇ ਕੋਈ ਚੰਗਾ ਕਰਨਾ ਹੋਵੇ ਤਾਂ ਉਹ ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ, ਸਾਡੇ ਆਸ ਪਾਸ ਹੀ ਹੋ ਰਿਹਾ ਹੁੰਦਾ, ਸਾਨੂੰ ਦੇਖਣ ਦੀ ਲੋੜ ਆ। ਵੀ ਅੱਜ ਸੋਸ਼ਲ ਮੀਡੀਆ ਨੂੰ ਜਿਸ ਪਰਪਜ਼ ਲਈ ਬਣਾਇਆ ਸੀ ਉਹਦੇ ਲਈ ਅਸੀਂ ਯੂਜ਼ ਨਹੀਂ ਕਰਦੇ। ਉਹ 2 ਕੁ ਲਾਈਨਾਂ ਲਿਖ ਕੇ ਸਿਆਣਪ ਵਾਲੀਆਂ ਮੈਂ ਪੋਸਟ ਪਾਤੀ, ਉਹਦਾ ਭਰਾ 2 ਘੰਟੇ ਉਹਦੇ ਨਾਲ ਬੈਠਾ ਰਿਹਾ, ਪਰ ਜਾਣ ਲੱਗਿਆ ਉਹ ਮੈਨੂੰ ਕਹਿੰਦਾ ਜੀ ਮੈਂ ਇਹਨੂੰ ਲਿਜਾ ਨਹੀਂ ਸਕਦਾ। ਮੈਂ ਕਿਹਾ ਯਾਰ ਤੇਰਾ ਭਰਾ ਵੀ ਕਿਉਂ ਨਹੀਂ ਲਿਜਾ ਸਕਦਾ ਤੂੰ? ਕਹਿੰਦਾ ਜੀ ਵੀ ਇਹ ਲੈਟਰਿਨ ਬਾਥਰੂਮ ਵਿੱਚ ਹੀ ਕਰਦਾ, ਉਹਨੇ ਦੇਖ ਲਿਆ ਭਾਂਪ ਲਿਆ ਵੀ ਇਹਨੂੰ ਸਾਂਭਣਾ ਪੈਣਾ, ਵੀ ਮੇਰੇ ਮਾਂ ਬਾਪ ਦੀ ਡੈਥ ਹੋਈ ਆ, ਮੇਰੀ ਵਾਈਫ ਅਤੇ ਮੇਰੀ ਬੱਚੀ ਆ ਘਰੇ, ਵੀ ਅੱਗੇ ਵੀ ਘਰੋਂ ਭੱਜ ਜਾਂਦਾ ਵੀ ਮੈਂ ਨਹੀਂ ਇਹਨੂੰ ਰੱਖ ਸਕਦਾ। ਉਹ ਮੈਂ ਉਹਨੂੰ ਲਾਹਣਤਾਂ ਵੀ ਪਾਈਆਂ, ਉਸ ਟਾਈਮ ਅਸੀਂ ਹੋਰ ਮਾਹੌਲ ਸੀ, ਮੈਨੂੰ ਘੂਰਿਆ ਵੀ, ਪਰ ਉਹ ਨਹੀਂ ਲੈ ਕੇ, ਉਹਨੇ ਮਨਾ ਕਰਤਾ ਵੀ ਕਹਿੰਦਾ ਜਿੱਥੋਂ ਚੱਕਿਆ ਤੁਸੀਂ ਉੱਥੇ ਛੱਡ ਦਿਓ ਮੈਨੂੰ, ਉਹਨੇ ਆਹ ਲਫ਼ਜ਼ ਵੀ ਬੋਲੇ। ਅਤੇ ਉਹ ਸ਼ੁਕਲਾ ਬਾਈ ਸਾਡੇ ਕੋਲ ਰਹਿਣ ਲੱਗ ਗਿਆ ਢਾਬੇ 'ਤੇ, ਉਹਨੂੰ ਰੋਟੀ ਪਾਣੀ ਵਧੀਆ ਦੇਣ ਲੱਗ ਗਏ, ਉਹ ਰੁੜ ਕੇ ਕਿੱਥੇ ਜਾਂਦਾ, ਅਤੇ ਦਵਾਈ ਦਵਾਤੀ ਥੋੜ੍ਹੀ ਜਿਹੀ ਉਹਨੂੰ, ਉਹ ਤਕੜਾ ਹੋ ਗਿਆ। ਉਹ 25 ਕੁ ਦਿਨਾਂ 'ਚ ਹੀ ਵੀਰਾ ਵਧੀਆ ਤੁਰਨ ਫਿਰਨ ਲੱਗ ਗਿਆ। ਫਿਰ ਜਦੋਂ ਵੀ ਢਾਬੇ 'ਤੇ ਕੋਈ ਇੱਦਾਂ ਦਾ ਬੰਦਾ ਆਉਣਾ ਅਤੇ ਅਸੀਂ ਉਦੋਂ ਉਹ ਸ਼ੁਕਲੇ ਵਾਲੀ ਨਿਗਾਹ ਨਹੀਂ ਦੇਖਣ ਲੱਗ ਗਿਆ ਮੈਂ ਉਹਨੂੰ। ਅਤੇ ਇੱਕ ਦਿਨ ਇੱਕ ਹੋਰ ਬੰਦਾ ਆਇਆ ਆਂਧਰਾ ਪ੍ਰਦੇਸ਼ ਵੱਲ ਦਾ ਸੀ, ਉਹਦੇ ਬੋਡੀ 'ਤੇ ਜ਼ਖਮ ਹੋਏ ਸੀ, ਬਹੁਤ ਇਨਫੈਕਸ਼ਨ ਹੋਈ ਸੀ, ਉਹਨੂੰ ਵੀ ਫੜ ਕੇ ਨਵਾ ਕੇ, ਲਾਲ ਦਵਾਈ ਢਾਬਿਆਂ 'ਤੇ ਪਈ ਹੁੰਦੀ ਉਹ ਪਾ ਕੇ ਪਾਣੀ 'ਚ ਨਵਾਤਾ, ਉਹਦੇ ਕੱਪੜੇ ਪਵਾ ਕੇ ਸੋਹਣੇ, ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ 'ਤੇ ਪਾ ਤੀਆਂ। ਇੱਦਾਂ ਹੀ ਅਸੀਂ ਹਰ ਰੋਜ਼ ਦੂਏ ਤੀਏ ਦਿਨ ਕੋਈ ਨਾ ਕੋਈ ਬੰਦਾ ਸਾਨੂੰ ਮਿਲ ਜਾਣਾ ਢਾਬੇ 'ਤੇ, ਨਿੰਘਦਾ ਕਰਦਾ ਘੇਰ ਲੈਣਾ, ਫੋਟੋਆਂ ਪਾ ਦੇਣੀਆਂ। ਉਹ ਵੀਰ ਫੋਟੋਆਂ ਲੋਕ ਉਹਨਾਂ ਨੂੰ ਬੜਾ ਐਪਰੀਸ਼ੀਏਟ ਕਰਨ ਲੱਗ ਗਏ ਵੀ ਗੁੱਡ ਜੋਬ, ਗ੍ਰੇਟ ਜੋਬ। ਸਾਨੂੰ ਉਹ ਕਿਉਂਕਿ ਸ਼ਾਬਾਸ਼ੀ ਬੜਾ ਵੱਡਾ ਇੱਕ ਕਰਮ, ਵੀ ਜਦੋਂ ਸ਼ਾਬਾਸ਼ੀ ਬੰਦੇ ਨੂੰ ਕਤਲ ਵੀ ਕਰਾ ਦਿੰਦੀ ਹੈ, ਅਸੀਂ ਚੰਗਾ ਕਰ ਰਹੇ ਸੀ। ਤਾਂ ਇੱਕ ਦਿਨ ਸਾਨੂੰ ਕਿਸੇ ਨੇ ਕਾਲ ਕੀਤੀ
ਵੀ ਸਾਡੇ ਪਿੰਡ ਇੱਕ ਬੰਦਾ ਘੁੰਮਦਾ, ਉਹਦੇ ਕੀੜੇ ਪਏ ਹੋਏ ਆ। ਤਾਂ ਮੈਂ ਉਹਨੂੰ ਇਗਨੋਰ ਕਰਤਾ, ਮੈਂ ਕਿਹਾ ਯਾਰ ਬਾਈ ਅਸੀਂ ਐਂ ਪਿੰਡਾਂ ਤੋਂ ਤਾਂ ਨਹੀਂ ਲਿਆ ਕੇ, ਉਹਨੂੰ ਸਾਡੇ 'ਤੇ ਕੋਈ ਢਾਬੇ 'ਤੇ ਆ ਜਾਂਦਾ ਸੀ ਨਵਾ ਕੇ ਪਿਸ਼ਾਦਾ ਪਾਣੀ ਛਕਾ ਦੇਈਦਾ। ਕਿੱਥੋਂ ਕਾਲ ਆਈ ਸੀ? ਚੌਂਕੀ ਮਾਨ ਪਿੰਡ ਜੀ, ਲੁਧਿਆਣੇ ਜ਼ਿਲ੍ਹੇ ਦਾ ਹੀ। ਅਤੇ ਚਲੋ ਦੂਏ ਦਿਨ ਉਹਨੇ ਫਿਰ ਕਾਲ ਕੀਤੀ, ਮੈਂ ਫਿਰ ਉਹਦਾ ਆਹੀ ਆਨਸਰ ਦੇ ਕੇ ਫੋਨ ਕੱਟਤਾ। ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ, ਕਮੈਂਟ ਮੇਰੇ ਛੋਟੇ ਬ੍ਰਦਰ ਨੇ ਕੀਤਾ ਮਿੰਟੂ ਮਾਲ ਵਾਲੀ ਆਈ ਡੀ 'ਤੇ ਹੀ, ਕਿਸੇ ਫੋਟੋ ਦੇ ਥੱਲੇ ਕਹਿੰਦਾ ਬਾਈ ਜੀ ਗੁੱਡ ਜੋਬ ਗ੍ਰੇਟ ਜੋਬ ਲਿਖ ਕੇ ਥੱਲੇ ਉਹਨੇ ਲਿਖਤਾ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਉਹ ਮੈਂ ਪੂਰੇ ਦੀ ਪੂਰਾ ਸੈਂਟੈਂਸ ਕਾਪੀ ਕਰਕੇ ਪੇਜ ਦਾ ਨਾਮ ਬਦਲ ਕੇ ਪੇਸਟ ਕਰਤਾ ਉਹਦੇ 'ਤੇ। ਉਵੇਂ ਮਤਲਬ ਸੀ ਹੀ ਹੈ ਵੀ ਨਹੀਂ ਕੱਟਿਆ, ਹੁਣ ਤਾਂ ਇਕੱਲਾ ਮਨੁੱਖਤਾ ਦੀ ਸੇਵਾ ਪੇਜ ਦਾ ਨਾਮ ਆ। ਅਤੇ ਉਹਨੇ ਸ਼ਾਮ ਨੂੰ ਮੈਨੂੰ ਫੋਨ ਕਰ ਲਿਆ, ਉਹ ਕਹਿੰਦਾ ਬਾਈ ਵੀ ਵਧੀਆ ਤੁਸੀਂ ਦੁਕਾਨਦਾਰੀ ਚਲਾ ਲਈ, ਮਨੁੱਖਤਾ ਦੀ ਸੇਵਾ ਨਾਮ ਵੀ ਰੱਖ ਲਿਆ, ਉਹ ਚੌਂਕੀ ਮਾਨ ਪਿੰਡ ਵਾਲੇ ਬੰਦੇ ਨੇ। ਕਹਿੰਦਾ ਮੈਂ 3 ਦਿਨਾਂ ਤੋਂ ਤੁਹਾਨੂੰ ਕਾਲ ਕਰ ਰਿਹਾ, ਸਾਡੇ ਪਿੰਡ ਇੱਕ ਬੰਦਾ ਘੁੰਮਦਾ ਕਹਿੰਦਾ ਉਹਦੇ ਕੀੜੇ ਪਏ ਹੋਏ ਆ, ਕਹਿੰਦਾ ਮੇਰੇ ਮੂਹਰ 'ਤੇ ਹੁਣ ਫਿਰ ਨੰਘਿਆ ਜਾਂਦਾ, ਕਹਿੰਦਾ ਤੁਸੀਂ ਉਹਦੀ ਤਾਂ ਮਦਦ ਨਹੀਂ ਕਰ ਸਕੇ। ਉਹਨੇ ਯਾਨੀ ਕਿ ਟਾਂਚ ਮਾਰੀ, ਅਸੀਂ 3 ਜਾਣੇ 4 ਜਾਣੇ ਇੱਦਾਂ ਬੈਠੇ ਸੀ, ਮੈਂ ਫੋਨ ਕੱਟਿਆ, ਮੈਂ ਕਿਹਾ ਕੋਈ ਨਾ ਬਾਈ ਕਹਿ ਲਾ ਤੇਰੀ ਮਰਜ਼ੀ ਹੈ, ਜਿਵੇਂ ਆਪਾਂ ਕੱਟ ਦਿੰਦੇ ਹਾਂ ਵਿੱਚੋਂ ਹੀ ਗੱਲ ਕੱਟਤੀ। ਮੈਂ ਮੁੰਡਿਆਂ ਨੂੰ ਦੱਸਿਆ, ਮੈਂ ਕਿਹਾ ਯਾਰ ਵੀ ਆਪਾਂ ਤਾਂ ਪੰਗਾ ਹੀ ਲੈ ਲਿਆ। ਕਹਿੰਦੇ ਕੀ ਹੋ ਗਿਆ? ਮੈਂ ਕਿਹਾ ਐਂ ਕਰਕੇ ਫੋਨ ਆ ਰਿਹਾ ਵੀ 3 ਦਿਨ ਹੋ ਗਏ ਬੰਦੇ ਨੂੰ ਕਾਲ ਕਰਦੇ ਨੂੰ, ਵੀ ਉਹ ਕਹਿੰਦਾ ਮੇਰੇ ਪਿੰਡ 'ਚ ਬੰਦਾ ਫਿਰਦਾ ਉਹਦੇ ਕੀੜੇ ਪਏ ਆ। ਉਹ ਕਹਿੰਦਾ ਯਾਰ ਕੋਈ ਗਰੀਬ ਹੋਊ, ਕੋਈ ਲੋੜਵੰਦ ਹੋਊਗਾ ਜਿਹੜਾ ਇੰਨੀ ਕੀੜੇ, ਕਿਹਦੇ ਪਿੰਡ 'ਚ ਤਾਂ ਕੁੱਤੇ ਦੇ ਨਹੀਂ ਪੈਣ ਦਿੰਦੇ ਲੋਕ ਕੀੜੇ, ਉਹਦੇ ਵੀ ਕੱਢ ਦਿੰਦੇ ਫੜ ਕੇ। ਤਾਂ ਅਸੀਂ 3 ਪਹਿਲੀ ਵਾਰ ਲਾਈਫ 'ਚ ਕੰਟਰੀਬਿਊਸ਼ਨ ਕੀਤੀ ਸੀ, 3,000 ਦੀ ਗੱਲ ਕਰੀ ਅਸੀਂ 4 ਜਣਿਆਂ ਨੇ ਵੀ ਆਪਾਂ 12,000 ਰੁਪਈਆ ਪਿੰਡ ਦੇ ਸਰਪੰਚ ਨੂੰ ਦੇ ਆਉਂਦੇ ਹਾਂ ਕੋਈ ਲੋੜਵੰਦ ਹੋਊ। ਤੁਹਾਡੇ ਦੋਸਤਾਂ ਨੇ? ਦੋਸਤਾਂ ਨੇ, ਅਸੀਂ 4 ਜਣਿਆਂ ਨੇ ਗੱਡੀ ਚੱਕੀ, ਦਰਾਹੇ ਤੋਂ ਚੌਂਕੀ ਮਾਨ ਵੱਲ ਨੂੰ ਚਲੇ ਜਾਂਦੇ ਹਾਂ। ਪਿੰਡ ਜਾ ਕੇ ਅਸੀਂ ਉਹ ਬਾਈ ਨੂੰ ਫੋਨ ਕਰਦੇ ਹਾਂ ਵੀ ਬਾਪੂ ਕਿੱਥੇ, ਉਹ ਫੋਨ ਨਹੀਂ ਚੱਕਦਾ ਸਾਡਾ, ਕਈ ਫੋਨ ਲਾਉਂਦੇ ਹਾਂ ਅਸੀਂ ਪਿੰਡ 'ਚ ਲੱਭਦੇ ਹਾਂ, ਸਾਨੂੰ ਬਾਪੂ ਕਿਤੇ ਲੱਭਦਾ ਨਹੀਂ। ਫਿਰ ਅਸੀਂ ਨਾਮ ਨੰਬਰ ਬਦਲ ਕੇ ਕਾਲ ਕਰੀ ਉਹਨੂੰ ਬਾਈ ਨੂੰ, ਅਤੇ ਉਹ ਕਹਿੰਦਾ ਬਾਈ ਅਸੀਂ ਜਾਣ ਆਉਣ ਲੱਗਿਆਂ ਨੇ ਦੱਸਤਾ ਸੀ ਵੀ ਅਸੀਂ ਆਉਂਦੇ ਹਾਂ ਵੀ ਅਸੀਂ ਪੈਸੇ ਦੇ ਕੇ ਜਾਵਾਂਗੇ। ਉਹ ਕਹਿੰਦਾ ਬਾਈ ਮੈਨੂੰ ਤਾਂ ਅਸੀਂ ਤੁਸੀਂ ਲੈ ਕੇ ਜਾਣਾ ਵੀ ਪੈਸੇ ਮੈਨੂੰ ਤੁਸੀਂ ਫੜਾਓਗੇ, ਮੈਂ ਨਹੀਂ ਲੈਣੀ, ਮੇਰੀ ਪਿੰਡ 'ਚ ਦੁਸ਼ਮਣੀ ਪੈ ਜੂ। ਮੈਂ ਕਿਹਾ ਸਾਨੂੰ ਬਾਪੂ ਦਾ ਦੱਸ ਦੇ ਤੂੰ ਕਿੱਥੇ ਆ? ਉਹਨੇ ਦੱਸਿਆ ਵੀ ਗੁੜਿਆਂ ਪਿੰਡ ਵਾਲੇ ਅੱਡੇ 'ਚ ਬੈਠਾ ਬਾਪੂ। ਅਸੀਂ ਗਏ, ਯਾਨੀ ਕਿ ਮੈਨੂੰ ਐਂ ਲੱਗਿਆ ਵੀ ਮੇਰਾ ਬਾਪ ਬੈਠਾ ਹੁੰਦਾ, ਸਰਦਾਰ ਦਾੜੀ ਰੱਖੀ ਹੋਈ, ਸਰਦਾਰ ਬੰਦਾ, ਕੁੜਤਾ ਪਾਇਆ ਹੋਇਆ, ਕੱਛਾ ਪਾਇਆ ਪਜਾਮਾ, ਉਹਦੇ ਤੇੜ ਮੋਢੇ 'ਤੇ ਰੱਖਿਆ ਹੋਇਆ ਪਜਾਮਾ, ਉਹਨੇ ਗਾਣੇ ਗਾਈ ਜਾਵੇ, ਲੱਤ 'ਤੇ ਉਹਦੇ ਕਿਸੇ ਨੇ ਹਲਦੀ ਪਾਈ ਹੋਈ, ਕਿਸੇ ਨੇ ਮਿੱਟੀ ਦਾ ਤੇਲ ਪਾਇਆ ਹੋਇਆ, ਮਤਲਬ ਉੱਤੇ ਮੱਖੀਆਂ ਬੈਠੀ ਜਾਣ, ਉਹ ਆਪਦੇ ਗੱਲਾਂ ਦੇ ਵਿੱਚ ਮਾਨਸਿਕ ਤੌਰ 'ਤੇ ਬਿਮਾਰ ਹੋਣੇ ਅਪਸੈਟ ਸੀ ਪੂਰਾ ਹੀ। ਅਸੀਂ ਬਾਪੂ ਨੂੰ ਪੁੱਛਿਆ, ਬਾਪੂ ਆਪਦੀਆਂ ਸਾਡੀ ਕੋਈ ਸੋਝ ਹੀ ਨਹੀਂ ਉਹਨੂੰ, ਅਸੀਂ ਉੱਥੇ ਲੋਕ ਖੜ੍ਹੇ 80 ਜਾਣ। ਅਸੀਂ ਬਾਪੂ ਨੂੰ ਗੱਡੀ 'ਚ ਬਿਠਾਇਆ, ਪਿੰਡ 'ਚ ਲੈ ਆਏ ਸੱਥ 'ਚ, ਸੱਥ 'ਚ ਵੀ ਉਹ ਬਾਪੂ ਗਾਣੇ ਗਾਈ ਜਾਵੇ, ਲੋਕ ਉਹਨੂੰ ਤਮਾਸ਼ਬੀਨ ਉਹਦੇ ਵੱਲ 80 ਜਾਣ। ਅਸੀਂ 3-4 ਬੰਦਿਆਂ ਨਾਲ ਗੱਲ ਕੀਤੀ ਵੀ ਅਸੀਂ ਪੈਸੇ ਦੇਣੇ ਵੀ ਜੇ ਤਾਂ ਕੋਈ ਇਲਾਜ ਕਰਾ ਦੇਵੇ, ਕਿਸੇ ਨੇ ਹਾਮੀ ਨਹੀਂ ਭਰੀ। ਬੰਦੇ ਨੇ ਦੱਸਿਆ ਵੀ ਇਹਦੇ ਦਾ ਮੁੰਡਾ ਚਿੱਟਾ ਲਾਉਂਦੇ ਨੇ, ਚਿੱਟਾ ਵੇਚਦੇ ਵੀ ਨਹੀਂ ਉਹ, ਵੀ ਪੈਸੇ ਨਾ ਦਿਓ, ਇਹਦਾ ਇਲਾਜ ਕਿਸੇ ਨੇ ਨਹੀਂ ਕਰਾਉਣਾ, ਵੀ ਇਹਦੀ ਕਿਸੇ ਨੇ ਮਦਦ ਨਹੀਂ ਕਰਨੀ। ਮਦਦ ਕਰਨ ਨੂੰ ਤਾਂ ਕਹਿੰਦੇ ਇਹਦੇ ਪਿੰਡ 'ਚ ਭਰਾ ਵਾ, 8 ਭਰਾ ਕਹਿੰਦੇ ਇਹਦੇ, ਵੀ ਜੇ ਮਦਦ ਤਾਂ ਉਹ ਵੀ ਕਰ ਸਕਦੇ ਆ। ਅਸੀਂ ਕਿਹਾ ਵੀ ਭਰਾ ਕਿੱਥੇ ਆ? ਕਹਿੰਦੇ 2 ਪੰਜਾਬ ਪੁਲਿਸ 'ਚ ਆ, 1 ਬਿਜਲੀ ਬੋਰਡ 'ਚ ਆ, 1 ਬੈਂਕ 'ਚ ਮੈਨੇਜਰ ਆ, 1 ਵੈਟਨਰੀ ਡਾਕਟਰ ਆ, 1 ਇੰਜਣਾਂ ਦਾ ਕੰਮ ਕਰਦਾ, ਬਾਕੀ ਖੇਤੀਬਾੜੀ ਕਰਦੇ ਆ, 8 ਭਰਾ ਇਹਦੇ, ਵੀ ਇਹ 7-8 ਮਹੀਨਿਆਂ ਤੋਂ ਐਂ ਘੁੰਮਦਾ ਪਿੰਡ 'ਚ, ਵੀ ਇਹਦੀ ਕਿਸੇ ਨੇ ਨਹੀਂ ਮਦਦ ਕਰੀ। ਅਸੀਂ ਬਾਪੂ ਨੂੰ ਗੱਡੀ 'ਚ ਬਿਠਾ ਕੇ ਢਾਬੇ 'ਤੇ ਲੈ ਆਏ ਜੀ। ਭਰਾ ਦੇ ਨਾਲ ਕਿਸੇ ਨਾਲ ਗੱਲ ਹੋਈ ਨਹੀਂ ਜੀ? ਉਦੋਂ ਨਹੀਂ ਅਸੀਂ ਕੀਤੀ ਵੀ ਨਹੀਂ ਗੱਲ ਜੀ, ਐਵੇਂ ਕਹੀਏ ਅਸੀਂ ਨਾਲ ਲੈ ਆਏ ਢਾਬੇ। ਸਾਨੂੰ ਜਦੋਂ ਬੰਦੇ ਨੇ ਸੱਥ 'ਚ ਹੀ ਦੱਸਤਾ, ਇਹ ਬੰਦਾ ਕੀ ਕਰਦਾ ਸੀ ਇਹਦੇ ਬਾਰੇ ਕੁਛ ਪਤਾ ਲੱਗਿਆ? ਹਾਂਜੀ, ਇਹ ਤੁਹਾਨੂੰ ਇਹ ਖੇਤੀਬਾੜੀ ਕਰਦਾ ਸੀ, ਇਹ ਕਿਰਾਏ ਦਾ ਕੰਮ ਕਰਦਾ ਸੀ, ਚਿੱਟਾ ਸਕੋਟ ਟਰੈਕਟਰ ਸੀ, ਬੜਾ ਵਧੀਆ ਕੰਮ ਆ ਸੀ, ਭਰਤ ਪਾਉਂਦਾ ਸੀ, ਲੋਕਾਂ ਦੀ ਜ਼ਮੀਨ ਵਾਹੁੰਦਾ ਸੀ। ਕੇਸਰ ਸਿੰਘ ਧਾਲੀਵਾਲ ਨਾਂ, 2 ਪੁੱਤ ਬਾਪੂ ਦੇ, ਬਾਪੂ
ਦੀ ਘਰ ਵਾਲੀ ਛੱਡ ਕੇ ਚਲੇ ਗਈ, ਬਾਪੂ ਥੋੜ੍ਹਾ ਅਪਸੈਟ ਰਹਿਣ ਲੱਗ ਗਿਆ। ਪੁੱਤ ਵੀ ਨਹੀਂ ਮਿਲੇ ਤੁਹਾਨੂੰ? ਨਾ, ਪੁੱਤ ਚਿੱਟੇ 'ਤੇ ਲੱਗਿਆ ਹੋਇਆ ਸੀ ਇੱਕ ਤਾਂ, ਇੱਕ ਦੁਬਈ ਗਿਆ ਹੋਇਆ ਸੀ ਬਾਹਰ, ਸਾਨੂੰ ਪਤਾ ਲੱਗਿਆ ਜਦੋਂ। ਬਾਪੂ ਨੂੰ ਅਸੀਂ ਲੈ ਆਏ, ਅਸੀਂ DMC ਹਸਪਤਾਲ ਲੈ ਗਏ ਜੀ। DMC ਵਾਲੇ ਕਹਿੰਦੇ ਵੀ ਗੈਂਗਰਿੰਗ ਹੋਈ ਹੈ, ਲੱਤ ਕੱਟਣੀ ਪੈਣੀ ਹੈ ਇਹਦੀ ਤਾਂ। ਅਸੀਂ ਕਿਹਾ ਵੀ ਸਾਡਾ ਤਾਂ ਕੋਈ ਨਹੀਂ ਲੱਗਦਾ, ਅਸੀਂ ਤਾਂ ਲਿਆਏ। ਉਹ ਕਹਿੰਦੇ ਫਿਰ NGO ਦਾ ਆਪਦਾ ਤੁਸੀਂ ਲੈਟਰ ਪੈਡ 'ਤੇ ਲੈ ਕੇ। ਮੈਂ ਕਿਹਾ ਸਾਡਾ ਤਾਂ ਕੋਈ NGO ਵੀ ਹੈ ਨਹੀਂ। ਅਸੀਂ ਉੱਥੋਂ ਉਵੇਂ OPD ਬੇਸ 'ਤੇ ਵਾਪਸ ਲੈ ਆਏ। ਸਾਡੇ ਦਰਾਹੇ ਕਬੱਦੀ ਵਾਲੇ ਬੈਦ ਆ ਬੜੇ ਮਸ਼ਹੂਰ, ਅਸੀਂ ਉਹਨਾਂ ਦੀ ਦੁਕਾਨ 'ਤੇ ਗਏ। ਉਹਨਾਂ ਨੂੰ ਦੱਸਿਆ, ਉਹ ਬੈਰ ਸਾਹਿਬ ਨੇ ਸਾਨੂੰ ਤਾਰ ਪੀਣ ਦੇ ਤੇਲ ਦੀ ਸ਼ੀਸ਼ੀ ਦਿੱਤੀ ਐਡੀ ਵੱਡੀ, ਕਹਿੰਦਾ ਇਹਦੇ ਨਾਲ ਇਹਦੇ ਪੱਟੀ ਕਰੋ, ਤੇਲ ਪਾਓ, ਨਾਲੇ ਕੀੜੇ ਮੁੱਕ ਜਾਣਗੇ, ਨਾਲੇ ਜ਼ਖਮ ਠੀਕ ਹੋ ਜੂ। ਯਕੀਨ ਮੰਨਿਓ ਬਾਈ ਜੀ, ਉਸ ਦਿਨ ਮੈਂ ਬੜਾ, ਮੇਰਾ ਮਨ ਰੋਇਆ, ਮੈਨੂੰ ਥੋੜ੍ਹਾ ਜਿਹਾ ਇਮੋਸ਼ਨਲ ਆ ਮੈਂ ਬੰਦਾ, ਮੈਨੂੰ ਐਂ ਲੱਗਿਆ ਮੇਰੇ ਪਿਓ ਦੇ ਕੀੜੇ ਪੈ ਗਏ ਆ। ਅਸੀਂ ਜਦੋਂ ਉਹਦੇ ਤੇਲ ਪਾਇਆ ਨਾ ਜੀ, ਮੇਰਾ ਛੋਟਾ ਭਰਾ ਵੀਰਿੰਦਰ ਸਿੰਘ ਗਰੇਵਾਲ ਮੇਰਾ ਦੋਸਤ ਸੀ, ਉਹ ਉਹਦੀ ਡੈਥ ਹੋ ਗਈ, ਹੁਣ ਹੈ ਨਹੀਂ ਦੁਨੀਆ 'ਤੇ। ਪਹਿਲਾ ਕੀੜਾ ਉਹਨੇ ਡੱਕੇ ਨਾਲ ਕੱਢਿਆ ਬਾਪੂ ਦੇ ਲੱਤ 'ਚੋਂ। ਕੀੜਿਆਂ ਤੋਂ ਭਾਵ ਕੀ ਹੈ? ਮੈਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦਾ, ਤੁਸੀਂ ਕਹਿੰਦੇ ਹੋ ਕੀੜੇ ਆ ਉਹਨਾਂ ਉੱਪਰ, ਥੋੜ੍ਹੀ ਤੁਹਾਨੂੰ ਆਪਾਂ ਨੂੰ, ਕਿਉਂਕਿ ਕਮਿਊਨਿਟੀ ਗਾਈਡਲਾਈਨਸ ਹੁੰਦੀਆਂ ਫੇਸਬੁੱਕ ਯੂਟਿਊਬ 'ਤੇ, ਉਹ ਤੁਹਾਨੂੰ ਬਲਰ ਕਰਨੀਆਂ ਪੈਣੀਆਂ ਤਸਵੀਰਾਂ, ਤਾਂ ਪਤਾ ਨਹੀਂ ਲੱਗਦਾ ਕੀੜੇ ਤੋਂ ਭਾਵ ਕੀ ਹੈ? ਕੀੜੇ ਤੋਂ ਭਾਵ ਇਹ ਹੈ ਜੀ, ਮਤਲਬ ਐਵੇਂ ਕੋਈ ਸੁੰਡੀ ਹੈ ਕੀ ਹੈ, ਮਤਲਬ ਕਿਵੇਂ ਤੁਹਾਨੂੰ ਸਾਹਮਣੇ ਦਿਖਦੇ ਆ ਕਿ ਆਹ ਕੀੜੇ ਚੱਲ ਰਹੇ ਆ? ਏਡੇ ਵੱਡੇ ਸੁੰਡ ਹੁੰਦੇ ਆ ਜੀ, ਚਿੱਟੇ ਰੰਗ ਦੇ, ਮੱਖੀ ਦਾ ਲਾਰਵਾ ਜੀ ਉਹ। ਦੇਖੋ, ਇੱਕ ਬੰਦਾ ਜਿਹੜਾ ਆਪਣੀ ਕੇਅਰ ਨਹੀਂ ਕਰ ਸਕਦਾ, ਜਿਹਨੂੰ ਸੋਝੀ ਨਹੀਂ, ਅਪਸੈਟ ਆ, ਉਹਦੇ ਜ਼ਖਮ ਹੋ ਗਿਆ, ਛੋਟਾ ਜਿਹਾ ਮੱਖੀ ਬੈਠੀ ਜਾਂਦੀ ਹੈ, ਮੱਖੀ ਨੇ ਉਹਦੇ ਵਿੱਚ ਆਂਡੇ ਦੇ ਤੇ, ਉਹਦੇ ਅੰਦਰ ਲਾਰਵਾ ਪੈਦਾ ਹੋ ਗਿਆ, ਉਹਦੇ ਕੀੜੇ ਬਣ ਗਏ। ਕੀੜੇ ਇੱਕ ਇਹੋ ਜਿਹੀ ਚੀਜ਼ ਆ, ਉਹਦਾ ਜਿਹੜਾ ਸਲਾਈਬਾ ਵਾ, ਉਹ ਜਿੱਥੇ ਜਿੱਥੇ ਟੱਚ ਕਰੀ ਜਾਂਦਾ ਉਹਨਾਂ ਏਰੀਆ ਉਹ ਸੁੰਨ ਹੋ ਜਾਂਦਾ, ਉਹ ਮਾਸ ਨੂੰ ਫਿਰ ਉਹ ਖਾਈ ਜਾਂਦਾ। ਬੰਦੇ ਨੂੰ ਤਕਲੀਫ ਵੀ ਨਹੀਂ ਹੁੰਦੀ, ਗਾਂਹ ਵਾਲੇ ਨੂੰ ਉਹਨੂੰ ਫੀਲ ਵੀ ਨਹੀਂ ਹੁੰਦਾ ਮੇਰਾ ਮਾਸ ਖਾਧਾ ਜਾ ਰਿਹਾ। ਅਤੇ ਅਸੀਂ ਬਾਪੂ ਦੇ ਲੱਤ 'ਚੋਂ ਕੀੜੇ ਕੱਢੀ ਜਾਂਦੇ, ਬਾਪੂ ਇੱਦਾਂ ਆਪਦੀਆਂ ਗੱਲਾਂ ਮਾਰੀ ਜਾਂਦਾ, ਉਹ ਵਿੱਕੀ, ਉਹ ਲੱਕੀ, ਉਹ ਲੱਭੇ ਆਪਦੇ ਮੁੰਡਿਆਂ ਦੇ ਨਾਂ ਲਈ ਜਾਂਦਾ। 42 ਕੀੜੇ ਨਿਕਲੇ ਜੀ ਪਹਿਲੇ ਦਿਨ, ਜਿੱਦਣ ਅਸੀਂ ਬਾਪੂ ਦੀ ਜ਼ਿੰਦਗੀ ਦੇ ਵਿੱਚ, ਮਤਲਬ ਆਪਣੀ ਜ਼ਿੰਦਗੀ 'ਚ ਮੈਂ ਪਹਿਲੀ ਵਾਰ ਦੇਖਿਆ ਸੀ ਵੀ ਇੱਦਾਂ ਕੀੜੇ ਬੰਦਿਆਂ ਦੇ ਵੀ ਪੈ। ਅਸੀਂ ਸ਼ੀਸ਼ੀ ਭਰ ਲਈ ਕੀੜਿਆਂ, ਸਾਡੇ ਲਈ ਇੱਕ ਅਜੂਬਾ ਸੀ। ਜਿਹੜਾ ਵੀ ਢਾਬੇ 'ਤੇ ਬੰਦਾ ਆਉਂਦਾ ਸੀ, ਉਹਨੂੰ ਦਿਖਾਉਂਦੇ ਵੀ ਆ ਬੰਦੇ ਦੇ ਕੀੜੇ ਪਏ। ਕਈ ਦਿਨ ਅਸੀਂ ਉਹ ਸ਼ੀਸ਼ੀ ਰੱਖੀ ਰੱਖੀ ਉੱਥੇ। ਦੂਏ ਦਿਨ ਫਿਰ ਬਾਪੂ ਦੇ, ਬਾਪੂ ਦੇ ਪੱਟੀ ਕਰਦੇ ਸੀ, ਪੱਟੀ ਖੋਲ੍ਹ ਕੇ ਬਾਪੂ ਮਿੱਟੀ ਮਲ ਲੈਂਦਾ ਸੀ, ਬਾਪੂ ਆਪਣੀ ਟੋਇਲਟ ਕਰਕੇ ਟੋਇਲਟ ਜ਼ਖਮ 'ਤੇ ਮਲ ਲੈਂਦਾ ਸੀ। ਮਤਲਬ ਇੰਨਾ ਅਪਸੈਟ ਸੀ ਬਾਪੂ। ਅੱਜ ਉਹ ਬਾਪੂ ਨੂੰ ਮਿਲੋਗੇ ਤੁਸੀਂ, ਬਾਪੂ ਕਿਸੇ ਨੂੰ ਗੱਲ ਨਹੀਂ ਆਉਣ ਦਿੰਦਾ। ਸਾਡਾ ਕੇਸਰ ਸਿੰਘ ਢਾਲੀਵਾਲ ਬਾਪੂ ਬਿਲਕੁਲ ਹਰੀ ਕਾਇਮ ਆ, ਸਾਡੇ ਨਾਲ ਹੀ ਰਹਿ ਰਿਹਾ। ਫਿਰ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ ਜੀ, ਬਾਪੂ ਜੀ ਦੀ ਸੇਵਾ ਸਾਨੂੰ ਮਿਲ ਗਈ। ਫਿਰ ਇੱਕ ਬੰਦਾ ਹੋਰ ਸਾਨੂੰ ਢਾਬੇ 'ਤੇ ਮਿਲਿਆ। ਫਿਰ ਕੀ ਹੋਇਆ ਜੀ, ਸਾਨੂੰ ਲੋਕ ਸੜਕ 'ਤੇ ਤੁਰੇ ਜਾਂਦੇ ਨੂੰ ਵੀ ਦੁਕਾਨਾਂ ਵਾਲੇ ਰੋਕ ਲੈਂਦੇ, ਬਾਈ ਇੱਥੇ ਬੰਦਾ ਜਾਂਦਾ, ਫੋਨ ਕਰ ਦਿੰਦੇ ਸੀ ਜਾ ਕੇ। ਢਾਬਾ ਚੱਲ ਰਿਹਾ ਸੀ, ਢਾਬਾ ਚੱਲ ਰਿਹਾ ਸੀ, ਢਾਬਾ ਲੋਕ ਰੁਕਦੇ ਸੀ। ਮੈਂ ਇਸ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਨਾ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ, ਇੱਕ ਕਾਂਤ ਜੀ ਆਉਣ ਲੱਗ ਜਾਂਦੀ ਕਿ ਨਹੀਂ ਇੱਥੇ ਨਹੀਂ ਜਾਣਾ ਹੈਗਾ, ਇੱਥੇ ਅਜਿਹੇ ਲੋਕ ਹੁੰਦੇ ਆ, ਕੋਈ ਆਪਣੀ ਫੈਮਿਲੀ ਨਾਲ ਗਿਆ ਹੁੰਦਾ, ਹੁਣ ਜਿਹਨੂੰ ਤੁਸੀਂ ਕੀੜੇ ਦਿਖਾ ਤੇ, ਹੋ ਸਕਦਾ ਤੁਹਾਡੇ ਦੁਬਾਰਾ ਨਾ ਆਵੇ ਢਾਬੇ 'ਤੇ ਦੇਖ ਕੇ ਕਿ ਇੱਥੇ ਤਾਂ ਅਜਿਹੇ ਲੋਕ ਹੈਗੇ ਆ। ਢਾਬਾ ਫਿਰ ਤੁਹਾਨੂੰ ਲੱਗਦਾ ਤੁਹਾਡਾ ਬਿਜ਼ਨਸ ਹੀ ਬੰਦ ਹੋ ਰਿਹਾ ਸੀ ਇਸ ਟਾਈਮ? ਸਾਨੂੰ ਜਿਹੜਾ ਢਾਬੇ ਦਾ ਇੰਚਾਰਜ ਸੀ ਨਾ, ਮੈਂ ਤੁਹਾਨੂੰ ਗੱਲ, ਮੈਂ ਆਪਣੀ ਗੱਲ ਲੰਬੀ ਚਲੇ ਜਾਣੀ ਹੈ, ਬਾਪੂ ਕੇਸਰ ਸਿੰਘ ਜੀ ਦੀ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ। 20 ਦਿਨਾਂ ਬਾਅਦ ਬਾਪੂ ਕੇਸਰ ਸਿੰਘ ਢਾਲੀਵਾਲ ਸਵੇਰੋਂ ਜਦੋਂ ਅਸੀਂ ਉੱਠੇ, ਭੱਜ ਗਿਆ ਸਾਡਾ ਜਿਹੜਾ ਢਾਬੇ ਦਾ ਇੰਚਾਰਜ ਸੀ, ਉਹ ਮੈਨੂੰ ਕਹਿੰਦਾ ਬਾਪੂ ਚੱਲਿਆ ਗਿਆ। ਮੈਂ ਕਿੱਧਰ ਨੂੰ ਗਿਆ? ਮੈਂ ਫਟਾਫਟ ਮੁੰਡਿਆਂ ਨੂੰ ਉਠਾਉਣ ਲੱਗ ਗਿਆ, ਉਹਨੇ ਮੈਨੂੰ ਬਿਠਾ ਲਿਆ, ਕਹਿੰਦਾ ਬਾਈ ਜੀ ਆਪਾਂ ਢਾਬਾ ਚਲਾਉਣਾ। ਮੈਂ ਕਿਹਾ ਹਾਂ। ਕਹਿੰਦਾ ਆਪਣਾ ਪੱਲਿਓਂ ਪੈਂਦੇ ਆ ਪੈਸੇ ਰੋਜ਼ ਹਜੇ, ਹੈ ਨਾ, ਕਿਉਂਕਿ ਬਚਣ ਨਹੀਂ ਸੀ ਲੱਗਿਆ ਕੁਛ, 2-4 ਹਜ਼ਾਰ ਰੁਪਈਆ ਪੱਲਿਓਂ ਪੈਂਦਾ ਸੀ ਵੀ। ਕਹਿੰਦਾ ਜੇ ਤੁਸੀਂ ਚਲਾਉਣਾ, ਫਿਰ ਕਹਿੰਦਾ ਬਾਪੂ ਨੂੰ ਜਾਣ ਦਿਓ, ਕਹਿੰਦਾ ਤੁਸੀਂ ਤਾਂ ਨਹੀਂ ਭੇਜਿਆ, ਆਪੇ ਗਿਆ ਨਾ। ਉਹਨੇ ਕਨਵਿੰਸ ਕਰ ਲਿਆ ਮੈਨੂੰ। ਮੈਂ ਕਿਹਾ ਯਾਰ ਗੱਲ ਤਾਂ ਸਹੀ ਆ ਵੀ ਬਾਪੂ ਆਪੇ ਹੀ ਚਲੇ ਗਿਆ, ਆਪਾਂ ਥੋੜ੍ਹੀ ਕਿਹਾ ਜਿੰਨੇ ਦਿਨ ਦੀ, ਕਹਿੰਦਾ ਤੁਹਾਡੀ ਸੇਵਾ ਸੀ ਕਰਮਾਂ 'ਚ ਬਾਪੂ ਦੀ ਕਰ ਲਈ, ਬਾਪੂ ਚਲਿਆ ਗਿਆ। ਚਲੋ ਮੈਂ ਬੈਠ ਗਿਆ, ਅੱਧੇ ਪੌਣੇ ਘੰਟੇ ਬਾਅਦ ਸਾਨੂੰ ਮੈਸੈਂਜਰ 'ਤੇ ਕਾਲ ਆਉਂਦੀ ਆ, ਜਿਹੜਾ ਉੱਥੋਂ ਦਾ ਲੋਕਲ ਮੁੰਡਾ ਸੀ ਸਾਡਾ ਦੋਸਤ, ਉਹਦੇ ਫੋਨ 'ਤੇ ਇੱਕ ਭੈਣ ਗੱਲ ਕਰਦੀ ਹੈ, ਕਹਿੰਦੀ ਵੀਰੇ ਮੈਂ ਤੁਹਾਡੀਆਂ ਪੋਸਟਾਂ ਫੋਟੋਆਂ ਦੇਖੀਆਂ ਸੀ ਵੀ, ਮੇਰੀ ਸਹੇਲੀ ਕਹਿੰਦੀ ਸੀ ਇਹ ਫੋਟੋਆਂ ਪਾਉਣ ਵਾਲੀ ਹੈ, ਕਹਿੰਦੀ ਮੈਂ ਕਹਿੰਦੀ ਸੀ ਵੀ ਨਹੀਂ ਇਹ ਵੀਰੇ ਸੇਵਾ ਕਰਦੇ, ਕੀੜੇ ਕੱਢਦੇ ਬਾਪੂ ਦੇ, ਵੀ ਇਹ ਬਹੁਤ ਚੰਗੇ ਬੰਦੇ ਆ। ਕਹਿੰਦੀ ਪਰ ਤੁਸੀਂ ਨਿਕਲੇ ਫੋਟੋਆਂ ਵਾਲੀ। ਮੈਂ ਕਿਹਾ ਕੀ ਗੱਲ ਹੋ ਗਈ ਭੈਣੇ?
ਕਹਿੰਦੀ ਵੀਰੇ ਜਿਹੜਾ ਬਾਪੂ ਤੁਸੀਂ ਕੇਸਰ ਸਿੰਘ ਦਿਖਾਇਆ ਸੀ ਨਾ ਫੋਟੋਆਂ 'ਚ, ਵੀ ਕਹਿੰਦੀ ਉਹ ਮੇਰੇ ਮੂਹਰੇ ਤੁਰਿਆ ਜਾਂਦਾ ਨੰਗਾ, ਵੀ ਕੁੜਤਾ ਪਾਇਆ ਤੇੜ ਨੰਗਾ ਵਾ, ਵੀ ਉਹਨੂੰ ਤੁਸੀਂ ਛੱਡਤਾ? ਮੈਂ ਕਿਹਾ ਭੈਣੇ ਹੈ ਕਿੱਥੇ ਆ? ਕਹਿੰਦੀ ਵੀ ਐਂ ਕਰਕੇ ਉਹਨੇ ਦੱਸਿਆ ਦਰਾਹੇ ਨਹਿਰ ਦੇ ਉੱਤੇ ਵੀ ਮੈਂ ਸੈਰ ਕਰਦੀ ਸੀ ਉੱਥੋਂ, ਅਸੀਂ ਫਟਾਫਟ ਗੱਡੀ ਚੱਕੀ, ਬਾਪੂ ਕੇਸਰ ਸਿੰਘ ਨੂੰ ਦੁਬਾਰਾ ਜਾ ਕੇ ਉੱਥੋਂ ਫੜ ਕੇ ਲਿਆਏ, ਚੱਕ ਕੇ ਲਿਆਏ। ਉਸ ਤੋਂ ਬਾਅਦ ਸਾਨੂੰ ਸੋਝੀ ਆਈ ਵੀ ਬਾਪੂ ਨੂੰ ਦਿਮਾਗੀ ਦਵਾਈ ਦਵਾਉਣੀ ਪੈਣੀ ਹੈ ਸਾਨੂੰ। ਉਦੋਂ ਪਹਿਲਾਂ ਅਸੀਂ ਰਾਤ ਨੂੰ ਬਾਪੂ ਨੂੰ ਇੱਕ ਐਲਪ੍ਰੈਕਸ ਦੀ ਗੋਲੀ ਦੇ ਕੇ ਸਮਾ ਦਿੰਦੇ ਸੀ, ਫਿਰ ਅਸੀਂ ਸਾਈਕੈਟ੍ਰਿਕ ਕੋਲ ਗਏ, ਬਾਪੂ ਨੂੰ ਦਵਾਈ ਦਵਾਈ, ਬਾਪੂ ਥੋੜ੍ਹਾ ਠੀਕ ਹੋਣ ਲੱਗ ਗਏ। ਫਿਰ ਢਾਬੇ 'ਤੇ ਪਿੱਛੇ ਬਾਪੂ ਬੈਠਾ ਹੁੰਦਾ ਸੀ, ਮੰਜੇ ਲਾਏ ਸੀ, ਨਿੰਮਾਂ ਡੇਕਾਂ ਲੱਗੀਆਂ ਸੀ, ਪਿੱਛੇ ਵਾਸ਼ਰੂਮ ਬਣੇ ਸੀ ਸਾਡੇ, ਜਦੋਂ ਪਿੱਛੇ ਕਿਸੇ ਨੇ ਟੋਇਲਟ ਵਾਸ਼ਰੂਮ ਜਾਣਾ ਫੈਮਿਲੀ ਨੇ, ਬਾਪੂ ਹੁਣੀ ਮਤਲਬ ਗਲਤ ਗੱਲ ਬੋਲ ਦਿੰਦੇ ਸੀ ਕਿਤੇ ਕੁਛ, ਸਾਡੇ ਢਾਬੇ 'ਤੇ ਲੋਕ ਆਉਣੋਂ ਹਟ ਗਏ। ਸਾਡੇ ਢਾਬੇ 'ਤੇ ਇੱਦਾਂ ਦੇ ਬੰਦੇ ਬੈਠੇ ਜਿੱਥੇ 10-12 ਜਿਨ੍ਹਾਂ ਦੇ ਪੱਟੀਆਂ ਹੋਈਆਂ ਹੋਈਆਂ, ਮਤਲਬ ਢਾਬੇ 'ਤੇ ਸਾਡੇ ਯਕੀਨ ਮੰਨਿਓ ਇੱਦਾਂ ਦੇ ਹਾਲਾਤ ਬਣ ਗਏ। ਇੱਕ ਦਿਨ ਅਸੀਂ ਇੱਕ ਬੰਦਾ ਸਾਨੂੰ ਮਿਲਿਆ ਸੜਕ ਤੋਂ, ਉਹਦੇ ਟੈਸਟ ਕਰਾਏ, ਅਸੀਂ ਜਦੋਂ ਥੋੜ੍ਹੇ ਅਵੇਅਰ ਹੋ ਗਏ, ਅਸੀਂ ਆਉਂਦੇ ਸਾਰ ਟੈਸਟ ਕਰਾ ਦਿੰਦੇ ਸੀ ਬੰਦੇ ਦੇ, ਅਸੀਂ ਟੈਸਟ ਕਰਾਏ, ਉਹ HIV ਪੋਜ਼ਿਟਿਵ ਨਿਕਲਿਆ ਬੰਦਾ। ਉਹ ਮੈਂ ਢਾਬੇ 'ਤੇ ਹੈ ਨਹੀਂ ਸੀ, ਉਹ ਜਿਹੜਾ ਪਿੰਡ ਦਰਾਹੇ ਤੋਂ ਸੀਗਾ ਲੈਬ ਵਾਲਾ, ਉਹ ਰਿਪੋਰਟਾਂ ਦੇਣ ਆਇਆ ਢਾਬੇ ਦੇ ਇੰਚਾਰਜ ਨੂੰ, ਕਹਿੰਦਾ ਵੀ ਆਹ ਟੈਸਟ ਆ, ਬਾਈ ਨੂੰ ਦੱਸ ਦੀ ਵੀ ਇਹਨੂੰ ਬੰਦੇ ਨੂੰ ਏਡ ਜਾ, ਵੀ ਧਿਆਨ ਰੱਖਿਓ। ਜਦੋਂ ਮੈਂ ਸ਼ਾਮ ਨੂੰ ਵਾਪਸ ਆਇਆ, ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਜੀ ਇਹਦੇ ਤਾਂ ਏਡ ਜਾ, ਸਾਰੇ ਵੇਟਰ ਵੂਟਰ ਡਰੇ ਫਿਰਨ ਵੀ ਇਹਨੂੰ ਤਾਂ ਏਡ ਹੋਈ ਹੋਈ ਆ। ਉਹ ਮੈਂ ਕਿਹਾ ਏਡ 'ਚ ਕੋਈ ਐਂ ਨਹੀਂ ਹੁੰਦੀ, ਵੀ ਏਡ 'ਚ ਇੱਕ ਬਿਮਾਰੀ ਆ, ਠੀਕ ਆ, ਵੀ ਐਂ ਥੋੜ੍ਹੀ ਵੀ ਆਪਾਂ ਇਹਦੇ ਨਾਲ ਖੜ ਜਾਂਗੇ, ਆਪਾਂ ਨੂੰ ਵੀ ਹੋਜੂ। ਚਲੋ ਸ਼ਾਮ ਨੂੰ ਅਸੀਂ ਸੌਂ ਗਏ, ਸਵੇਰ ਨੂੰ ਜਦੋਂ ਅਸੀਂ ਉੱਠੇ ਸਾਡੇ ਸਾਰੇ ਵੇਟਰ ਭੱਜ ਗਏ, ਛੱਡ ਗਏ, ਸਾਡੇ ਕਾਰੀਗਰ ਵੀ ਛੱਡ ਗਏ, ਢਾਬਾ ਖਾਲੀ ਸਵੇਰ ਨੂੰ। ਸਵੇਰੇ ਰੋਟੀਆਂ ਲਾ ਕੇ ਵੀ ਅਸੀਂ ਆਪ ਖਵਾਈਆਂ ਬਾਬਿਆਂ ਨੂੰ, ਅਤੇ ਫਿਰ ਸਟੇਸ਼ਨਾਂ ਤੋਂ ਮਿਲ ਜਾਂਦੇ ਇੱਦਾਂ ਦੇ ਬੰਦੇ, ਫਿਰ ਅਸੀਂ ਲੁਧਿਆਣੇ ਸਟੇਸ਼ਨ ਤੋਂ ਜਾ ਕੇ ਹੋਰ ਨਵੇਂ ਬੰਦੇ ਲੱਭ ਕੇ ਲਿਆਏ, ਤੰਦੂਰੀਆ ਵੀ ਲੱਭ ਕੇ ਲਿਆਉਂਦੇ, ਸਬਜ਼ੀ ਬਣਾਉਣ ਵਾਲਾ ਵੀ ਲੱਭ ਕੇ ਲਿਆਉਂਦਾ। ਮਤਲਬ ਢਾਬਾ ਸਾਡਾ 2.5-3 ਮਹੀਨੇ ਚੱਲਿਆ ਜੀ ਵਧੀਆ। ਜਦੋਂ ਉਦੋਂ ਬਾਅਦ 'ਚ ਤਾਂ ਫਿਰ ਸਾਡੇ ਕੋਲੋਂ ਪੱਲਿਓਂ ਸਾਨੂੰ ਪੈਸੇ ਪੈਣ ਲੱਗ ਗਏ, ਪਰ ਢਾਬੇ 'ਤੇ ਫਿਰ ਇੱਕੋ ਹੀ ਸੀ ਬਸ, ਜਿਹੜੀ ਇਹਨਾਂ ਵਾਸਤੇ ਰੋਟੀ ਬਣਦੀ ਸੀ, ਬਾਕੀ ਜਿੰਨੀ ਕੋਈ ਆਉਂਦਾ ਸੀ ਖਰਚੇ ਪੂਰੇ ਹੋ ਜਾਣੇ ਜਾਂ ਕੋਈ ਹੋਰ ਪੱਲੇ ਪੈਣ ਲੱਗ ਗਿਆ। ਫਿਰ ਢਾਬਾ NRI ਬੰਦੇ ਦਾ ਸੀ, ਉਹ ਬਾਹਰ ਸੀ ਬੰਦਾ, ਉਹ ਲੀਜ਼ 'ਤੇ ਲਿਆ ਹੋਇਆ ਸਾਡੇ ਦੋਸਤਾਂ ਨੇ। ਉਹਦੇ ਇੱਕ ਦੋ ਵਾਰੀ ਸੁਨੇਹੇ ਆਏ ਵੀ ਇਹਨਾਂ ਨੇ ਮੇਰਾ ਢਾਬਾ ਦੱਬਣ ਕਰਕੇ ਇੱਦਾਂ ਦਾ ਸਿਸਟਮ ਬਣਾ ਰਹੇ ਆ ਇਹ, ਵੀ ਇਹਨਾਂ ਨੇ ਦੱਬਣਾ, ਕਿਉਂਕਿ ਸਾਡੀ ਮੈਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਸੋਚ ਵੀ ਸੀਗੀ ਕਿਤੇ ਨਾ ਕਿਤੇ ਵੀ ਆਪਾਂ ਛੱਡਣਾ ਨਹੀਂ ਹੁਣ ਇਹ, ਕਿ NRI ਦਾ ਦੱਬ ਲਾਂਗੇ, ਕਿਉਂਕਿ ਅਸੀਂ ਐਵੇਂ ਝੂਠ ਮਾਰੀਏ ਵੀ ਅਸੀਂ ਬਹੁਤ ਸਾਧ ਸੀ ਬੰਦੇ, ਹੈ ਨਾ। ਅਤੇ ਪਰ ਜਦੋਂ 16-17 ਬੰਦਿਆਂ ਦੀ ਗੱਲ ਸੀ, ਜਦੋਂ ਸਾਡੇ ਆਸ ਪਾਸ ਸਾਡੇ ਨਾਲ ਦੇ ਵੀ ਇੱਦਾਂ ਦੀਆਂ ਗੱਲਾਂ ਕਰਨ ਲੱਗ ਗਏ, ਤਾਂ ਮੇਰੇ ਮਨ ਦੀ ਇਹ ਭਾਵਨਾ ਸੀ, ਮੈਂ ਕਿਹਾ ਵੀ ਨਹੀਂ ਆਪਾਂ ਐਡੀ ਦਗਾ ਨਹੀਂ ਕਰਨੀ ਹੁਣ, ਵੀ ਜੇ ਮਹਾਰਾਜ ਨੇ ਆਹ ਪਾਸੇ ਲਾਇਆ। ਉਹ ਤੋਂ ਪਹਿਲਾਂ ਇੱਕ ਘਟਨਾ ਸਾਡੇ ਵਾਪਰ ਗਈ ਸੀਗੀ, ਉਹ ਮੈਂ ਪਹਿਲਾ ਬੰਦਾ ਜਿਹੜਾ ਸੀ ਘਰੇ ਭੇਜਿਆ ਸੀ, ਜਿਹਦਾ ਘਰ ਲੱਭਿਆ ਸੀ, ਉਹ ਸੀਗਾ ਜੀ ਮੱਖਣ ਸਿੰਘ ਨਾਂ ਸੀ, ਫਗਵਾੜੇ ਦਾ ਰਹਿਣ ਵਾਲਾ ਸੀ ਬੰਦਾ। ਉਹ ਸਾਨੂੰ ਮਿਲਿਆ ਸੜਕ 'ਤੇ ਜਾਂਦਾ, ਸੁੱਕੇ ਹੱਟੀਆਂ ਦਾ ਪਿੰਜਰ, ਕਾਲੇ ਰੰਗ ਦਾ ਵਿਚਾਰਾ ਹੋਇਆ ਹੋਇਆ, ਉਹਨੂੰ ਅਸੀਂ ਲਿਆਏ ਨਵਾ ਕੇ, ਉਹਦੀਆਂ ਫੋਟੋਆਂ ਪਾਉਂ ਜਿਵੇਂ ਪਾਉਂਦੇ ਸੀ ਅੱਗੇ ਸਾਰਿਆਂ ਦੀ ਉਵੇਂ ਪਾਤੀਆਂ। ਤਾਂ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਬਾਹਰੋਂ, ਕਹਿੰਦਾ ਬਾਈ ਇਹ ਮੇਰੇ ਪਿੰਡ ਦਾ ਬੰਦਾ,